ਜੀ ਦੇਖ ਰਿਹਾ ਹਾਂ ਚੱਕਦੇ ਟੀਵੀ ਮੈਂ ਹਾਂ ਕਮਲਦੀਪ ਕੌਰ ਦਿੱਲੀ ਦੇ ਹੈਲਥ ਮਿਨਿਸਟਰ ਸਤਿੰਦਰ ਜੈਨ ਲਗਾਤਾਰ ਵਾਇਰਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਵੀਡੀਓ ਜੇਲ ਤੋਂ ਜਾਰੀ ਹੋ ਰਹੀ ਹੈ ਜੇਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਦੀ ਉਹਨਾਂ ਦੀ ਮਾਲਿਸ਼ ਕਦੇ ਸਾਹਮਣੇ ਆਉਂਦੀ ਹੈ ਕਦੇ ਉਹਨਾਂ ਦਾ ਵੀਆਈਪੀ ਖਾਣਾ ਸਾਹਮਣੇ ਆਉਂਦਾ ਤੇ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਜਿੱਥੇ ਸਤਿੰਦਰ ਜੈਨ ਸਤਿੰਦਰ ਜੈਨ ਨੂੰ ਰਿਪੋਰਟਿੰਗ ਕਰਦੇ ਹੋਏ ਸੁਪਰੀਡੈਂਟ ਸਾਹਮਣੇ ਸੁਪਰੀਡੈਂਟ ਜੇਲ੍ਹ ਦੇ ਵਿੱਚ ਬੈਰਕ ਦੇ ਅੰਦਰ ਜਾਂਦੇ ਨੇ ਤੇ ਸਾਰੀ ਰਿਪੋਰਟਿੰਗ ਕਰਕੇ ਆਉਂਦੇ ਸਤਿੰਦਰ ਜੈਨ ਨੂੰ ਦਰਅਸਲ ਇਸ ਵੀਡੀਓ ਦੇ ਕੀ ਮੈਨੇ ਹੋ ਸਕਦੇ ਨੇ ਕਿ ਇੱਕ ਇੱਕ ਸਜ਼ਾ ਕੱਟਰੇ ਮੰਤਰੀ ਦੇ ਸਾਹਮਣੇ ਮੰਤਰੀ ਨੂੰ ਸਭ ਕੁਝ ਰਿਪੋਰਟ ਕੀਤਾ ਜਾ ਰਿਹਾ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਅਸਾਬ ਨਾਲ ਇਸ ਵੀਡੀਓ ਨੂੰ ਦੇਖਦੇ ਹੋਏ ਤਿੱਖੇ ਨਿਸ਼ਾਨੇ ਤੱਕ ਨਿਸ਼ਾਨਾ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਾਰੇ ਵਿਰੋਧੀ ਘੇਰ ਰਹੇ ਨੇ ਤਾਂ ਦੱਸਦੀ ਹੈ ਇਸ ਬਾਬਤ ਇਸ ਸਭ ਦੇ ਵਿਚਾਰ ਸਤੰਦਰ ਜੈਨ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਮਾਨਯੋਗ ਅਦਾਲਤ ਵੱਲੋਂ ਕਿ ਮੇਰੀ ਨਿੱਜੀ ਮੇਰੀ ਪ੍ਰਾਈਵੇਸੀ ਮੇਰੀ ਨਿੱਜੀ ਵੀਡੀਓਜ਼ ਨੂੰ ਸੋਸ਼ਲ ਮੀਡੀਆ ਹੈਂਡਲਸ ਤੇ ਨਾ ਵਾਇਰਲ ਕੀਤਾ ਜਾਵੇ ਤੇ ਉਹਨਾਂ ਇਹ ਵੀ ਅਪੀਲ ਕੀਤੀ ਸੀ ਕਿ ਇਸ ਨੂੰ ਸਾਰੇ ਚੈਨਲਸ ਨਾ ਚਲਾਉਣ ਇਹ ਮੇਰੀ ਨਿੱਜੀ ਵੀਡੀਓਜ਼ ਹੈ ਪਰ ਨਿੱਜੀ ਵੀਡੀਓਜ਼ ਦੇ ਵਿੱਚ ਇੱਕ ਕੈਦੀ ਹੋਣ ਦੇ ਬਾਵਜੂਦ ਯਾਨੀ ਕਿ ਸਜ਼ਾ ਕੱਟਣ ਦੇ ਬਾਵਜੂਦ ਤੇ ਇਦਾਂ ਦੀ ਮੰਤਰੀਆਂ ਨੂੰ ਸਹੂਲਤਾਂ ਮਿਲ ਰਹੀਆਂ ਤੇ ਕਿਸੇ ਨਾ ਕਿਤੇ ਨਿਸ਼ਾਨੇ ਦੇ ਘੇਰੇ ਦੇ ਵਿੱਚ ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਲਗਾਤਾਰ ਇਹ ਦਾਵਾ ਕਰਦੀ ਹੈ ਕਿ ਉਹ ਵੀਆਈਪੀ ਕਲਚਰ ਨੂੰ ਵੀਆਈਪੀ ਕਲਚਰ ਨੂੰ ਹਟਾਉਣ ਦੇ ਮਕਸਦ ਦੇ ਵਿੱਚ ਹੈ ਵੀਆਈਪੀ ਕਲਚਰ ਨੂੰ ਠੱਲਣ ਦੇ ਮਕਸਦ ਦੇ ਵਿੱਚ ਹੈ ਪਰ ਅਜਿਹੀ ਵੀਡੀਓ ਸਾਹਮਣੇ ਆਣਾ ਅਜਿਹੀ ਵੀਡੀਓ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਜੋ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਕਿਵੇਂ ਬੈਰਕ ਦੇ ਅੰਦਰ ਆਂਦਾ ਹੈ ਕਿਵੇਂ ਬੈਰਕ ਦੇ ਅੰਦਰ ਆ ਕੇ ਪਰਮਿਸ਼ਨ ਮੰਗਦਾ ਹੈ ਸੁਪਰੀਡੈਂਟ ਬੈਠਣ ਲਈ ਤੇ ਸੁਪਰੀਡੈਂਟ ਜਦ ਬੈਠ ਕੇ ਸਾਰੀ वार्तालाप ਕਰਦਾ ਹੋਇਆ ਨਜ਼ਰਾਂ ਦਾ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਉਹ ਰਿਪੋਰਟਿੰਗ ਮੰਤਰੀ ਸਾਹਿਬ ਨੂੰ ਜੇਲ ਦੇ ਬਾਹਰ ਵੀ ਦਿੱਤੀ ਜਾਂਦੀ ਸੀ ਤੇ ਹੁਣ ਜੇਲ ਦੇ ਅੰਦਰ ਵੀ ਸੁਪਰੀਡੈਂਟ ਵੱਲੋਂ ਰਿਪੋਰਟਿੰਗ ਦਿੱਤੀ ਜਾ ਰਹੀ ਹੈ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ